श्री गुरु अर्जन देव कॉलोनी विखे जगदीश कुमार जग्गा नगर कौंसल राजपुरा वालों एक सादा समागम करवाया गया, जिस विच विशेष तौर ते साबका विदेश मंत्री महाराणी पनीत कौर पहुंचे हुए सन, जिस विच स्थानिक विधायक हरदयाल सिंह कंबोज की अगवाई विच जगदीश कुमार जग्गा अते उहनां दी पत्नी रजनी वर्मा नगर कौंसल नूं महाराणी पनीत कौर ने सिरोपा दे के अपनी पार्टी विच शामिल किया। ਜਿੱਥੇ ਪ੍ਰਾਈਵੇਟ ਬੰਦੇ ਵੀ ਆ ਰਹੇ ਨੇ ਉੱਥੇ ਜਿਨ੍ਹਾਂ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਜੋਬਸ ਮਿਲਣਗੇ ਆਪਣੇ ਉਸ ਦੇ ਮੁਤਾਬਕ, ਔਰ ਜੋ ਵਾਅਦੇ ਕੀਤੇ ਅਸੀਂ ਜ਼ਰੂਰ ਪੂਰੇ ਕਰਾਂਗੇ। ਵਾਰ ਵਾਰ ਅਸੀਂ ਕਹੀ ਜਾਂਦੇ ਹਾਂ, ਹਾਲੇ ਸਾਲ ਹੋਇਆ ਕਿਉਂਕਿ ਹਾਲਤ ਬਹੁਤ ਖਰਾਬ ਸੀ, ਔਰ ਉਹਦੇ ਬਾਵਜੂਦ ਸ਼ੁਰੂਆਤ ਹੋ ਗਈ ਹੈ, ਫਾਰਮਰਸ ਨੂੰ ਵੀ ਸ਼ੁਰੂਆਤ ਹੋ ਗਈ ਹੈ, ਡਿਵੈਲਪਮੈਂਟ ਦੇ ਕੰਮ ਵੀ ਸ਼ੁਰੂਆਤ ਹੋ ਗਏ ਨੇ, ਔਰ ਇੱਕ ਇੱਕ ਕਰਕੇ ਜਿਹੜੇ ਵਾਅਦੇ ਕੀਤੇ ਸੀ ਜ਼ਰੂਰ ਪੂਰੇ ਕਰਾਂਗੇ। ਸਾਨੂੰ ਬੜੀ ਸਪੋਰਟ ਕੀਤੀ, ਅਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ। ਉਹ ਪ੍ਰੋਜੈਕਟ ਹੈ ਜਿਹਦੇ 121 ਕਰੋੜ ਰੁਪਏ ਲੱਗਣਾ, ਔਰ ਉਹ 2 ਸਾਲ 'ਚ ਪੂਰਾ ਹੋਣਾ, ਔਰ ਉਹਦੀ ਪਹਿਲੀ 25 ਕਰੋੜ ਰੁਪਏ ਰਿਲੀਜ਼ ਹੋ ਗਿਆ। ਤੁਹਾਨੂੰ ਇਸ ਗੱਲ ਦੀ ਵਧਾਈ ਹੋਣ ਲੱਗੀ। 25 ਹੁਣ ਹੋ ਗਿਆ ਸਾਡੇ, ਜਿਹਦੇ ਵਿੱਚ ਮੇਰੇ ਹਲਕੇ ਦੇ ਲਗਭਗ 75-80 ਪਿੰਡ ਹੈਗੇ ਆ, ਉਹ ਸਾਰੇ ਮੇਰੇ ਲਗਭਗ 90% ਮੇਰੇ ਪਿੰਡ ਆ ਜਾਣਾ ਉਹਦੇ ਵਿੱਚ। ਕਮਲ ਸਾਹਿਬ, ਜਦੋਂ ਸੇ ਸ਼ੁਰੂਆਤ ਕੀਤੀ ਸੀ ਨਾ, ਕਿਸੇ ਨੂੰ ਆਰਓ ਲਾਉਣ ਦੀ ਲੋੜ ਨਹੀਂ ਕਰੇ। ਇਹ ਤੋਂ ਪਹਿਲਾਂ ਹੁਣ ਅਸੀਂ 15 ਕਰੋੜ ਰੁਪਇਆ ਜਿਹੜਾ ਸ਼ਹਿਰ ਦੀਆਂ ਕਲੋਨੀਜ਼ ਦੇ ਲਈ ਅਸੀਂ ਦੇਣ ਜਾ ਰਹੇ ਹਾਂ, ਫੋਕਲ ਪੁਆਇੰਟ ਅਤੇ ਉਹ ਸਟਾਰਟਿੰਗ ਦੇ ਫੋਕਲ ਪੁਆਇੰਟ ਲਈ 4 ਕਰੋੜ ਰੁਪਇਆ ਤੁਹਾਨੂੰ ਪਤਾ ਹੀ ਹੈਗਾ, ਜਿਹੜਾ ਇਨਵਾਇਰਮੈਂਟ ਪਾਰਕ ਲਈ 35 ਲੱਖ ਰੁਪਇਆ ਮਨਜ਼ੂਰ ਹੋ ਕੇ ਆ ਗਿਆ, ਅਤੇ ਉਹ ਵੀ ਜਲਦੀ ਕੰਮ ਸ਼ੁਰੂ ਹੋ ਜਾਏਗਾ। ਅਤੇ ਇਹ ਤੋਂ ਇਲਾਵਾ ਜਿਹੜਾ ਸੜਕਾਂ ਦਾ, ਤੁਸੀਂ ਇਹ ਮੰਨ ਲਓ ਕਿ ਜੂਨ ਤੋਂ ਬਾਅਦ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਜ਼ਿਆਦਾ ਮਾੜਾ ਹਾਲ ਕੋਈ ਅੱਜ ਨਹੀਂ ਹੋਇਆ, ਮਾੜਾ ਹਾਲ ਤਾਂ ਪਿਛਲੇ 10 ਸਾਲ ਦਾ ਹੋਇਆ, ਅਸੀਂ ਤਾਂ ਇਹਨੂੰ ਠੀਕ ਕਰਨ ਜਾ ਰਹੇ ਹਾਂ। ਅਤੇ ਲਿਬਰਟੀ ਚੌਂਕ ਤੋਂ ਲੈ ਕੇ ਗਗਨ ਚੌਂਕ ਤੱਕ ਦਾ ਉਹ 6.5 ਕਰੋੜ ਰੁਪਇਆ, ਦੈਟ ਇਜ਼ ਆਲਸੋ ਅਪਰੂਵਡ, ਹਾਂਜੀ ਉਹ ਵੀ ਅਪਰੂਵ ਹੋ ਗਿਆ। ਇੱਦਾਂ ਹੀ ਜਿਹੜਾ ਸਾਡਾ ਇਹ ਪੁਰਾਣੇ ਬੱਸ ਸਟੈਂਡ ਤੋਂ ਜਿਹੜੀ ਉੱਪਰ ਆਪਣਾ ਜਿਹੜੀ ਜੋ ਜੀ ਟੀ ਰੋਡ 'ਤੇ ਨਿਕਲਦੀ ਹੈਗੀ ਹੈ ਬਾਈਪਾਸ ਕਨੀ, ਉਹਦਾ ਵੀ ਅਪਰੂਵ। ਰਾਜਪੁਰਾ ਤੋਂ ਰਾਜੇਸ਼ ਤਹਿਰਾ ਦੀ ਰਿਪੋਰਟ, ਚੈਨਲ 2।